ਹੋਰ ਕੀ ਆ, ਤੁਸੀਂ ਇੰਨੀ ਗੱਲ ਵੀ ਸਾਡੀ ਸੁਣਦੇ? ਸਰਦਾਰ ਸਾਹਿਬ ਅਕਾਲ ਤਖ਼ਤ ਸਾਹਿਬ ਦਾ ਚੈਨਲ ਆ, ਜੇ ਤਖ਼ਤ ਦਾ ਦਫ਼ਤਰ ਹੈ ਤੇ ਅਸੀਂ ਇਸ ਤਰ੍ਹਾਂ ਤਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬੇਨਤੀ ਕਰਦਾ ਹਾਂ ਕਿ ਅਸੀਂ ਕੱਲ੍ਹ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਜਲਾਸ ਹੈ ਅਤੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਸਾਹਿਬ ਨੂੰ ਇੱਥੇ ਪੱਤਰ ਦੇਣ ਵਾਸਤੇ ਆਏ ਸਨ। ਉਹ ਖੁਦ ਇੱਥੇ ਹਾਜ਼ਰ ਨਹੀਂ ਹੈਗੇ, ਜਿਸ ਕਰਕੇ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਮੈਂ ਇਹ ਪੱਤਰ ਜਿਹੜਾ ਇਹ ਉਹਨਾਂ ਦੇ ਦਫ਼ਤਰ ਸਕੱਤਰ ਨੂੰ ਇੱਥੇ ਜਿਹੜਾ ਇਹ ਦੇ ਰਿਹਾ। ਲੇਕਿਨ ਅਫਸੋਸ ਹੈ ਕਿ ਇਹ ਮੇਰੇ ਤੋਂ ਪੱਤਰ ਵੀ ਇੱਥੇ ਜਿਹੜਾ ਇਹ ਲੈਣ ਨੂੰ ਤਿਆਰ ਨਹੀਂ ਆਏ। ਹੁਣ ਅਫਸੋਸ ਹੈ ਕਿ ਜੇਕਰ ਅਸੀਂ ਆਪਣੀ ਕੌਮੀ ਮੁੱਦਿਆਂ ਦੀ ਫਰਿਆਦ ਕਰਨੀ ਆ ਤਾਂ ਉਹ ਕਿਹਦੇ ਕੋਲ ਕਰਨੀ ਆ? ਕਿ ਦਫ਼ਤਰ ਸਕੱਤਰ ਹੋਣ ਦੇ ਨਾਤੇ ਇਹਨਾਂ ਦੀ ਇੱਕ ਜ਼ਿੰਮੇਵਾਰੀ ਹੈ, ਇਹਨਾਂ ਨੇ ਕੋਈ ਕਾਰਵਾਈ ਨਹੀਂ ਕਰਨੀ, ਸਿਰਫ ਮੇਰੇ ਤੋਂ ਇੱਕ ਪੱਤਰ ਹੀ ਲੈਣਾ ਅਤੇ ਉਹ ਪੱਤਰ ਵੀ ਇਹ ਜਿਹੜਾ ਸਾਡੇ ਤੋਂ ਇਹ ਲੈਣ ਵਾਸਤੇ ਤਿਆਰ ਨਹੀਂ ਹੈਗੇ। ਇਹ ਕਹਿੰਦੇ ਨੇ ਵੀ ਇੱਥੇ ਬੋਲਣਾ ਨਹੀਂ। ਜੇ ਇੱਥੇ ਬੋਲਣਾ ਨਹੀਂ ਤਾਂ ਅਸੀਂ ਬੋਲਣਾ ਕਿੱਥੇ ਆ? ਇਹ ਤਾਂ ਸਾਨੂੰ ਦੱਸ ਦੇਣ ਵੀ ਕੀ ਅਸੀਂ ਜਿਹੜਾ ਇਹ ਉੱਥੇ ਹੁਣ ਸਾਰੀਆਂ ਜਿਹੜੀਆਂ ਗੱਲਾਂ ਨੇ ਇੱਥੇ ਜਾ ਕੇ ਨਾਗਪੁਰ ਅਸੀਂ ਜਾ ਕੇ ਬੋਲਣਾ? ਕੀ ਅਸੀਂ ਮੋਦੀ ਕੋਲ ਜਾ ਕੇ ਬੋਲਣਾ? ਇਹ ਇਹ ਜਿਹੜੀ ਗੱਲ ਹੈ, ਇਹ ਆਹ ਹੁਣ ਜਾ ਰਹੇ ਨੇ, ਇਹ ਦਫ਼ਤਰ ਚੋਂ ਜਾ ਰਹੇ ਨੇ, ਪੱਤਰ ਵੀ ਨਹੀਂ ਲੈ। ਤੁਹਾਨੂੰ ਨਾ ਲਓ ਜੀ ਪੱਤਰ, ਕੋਈ ਗੱਲ ਨਹੀਂ। ਦੋਸਤੋ, ਇਸ ਤੋਂ ਪਹਿਲਾਂ ਕਿ ਇਸ ਵੀਡੀਓ ਵੱਲ ਅੱਗੇ ਲੈ ਕੇ ਚੱਲੀਏ, ਤੁਹਾਨੂੰ ਪੁੱਛਣਾ ਚਾਹਾਂਗੇ ਕਿ ਤੁਸੀਂ ਇਹਨਾਂ ਸਾਰੀਆਂ ਹੋ ਰਹੀਆਂ ਘਟਨਾਵਾਂ ਬਾਰੇ, ਕਿਉਂਕਿ ਇਸ ਤਰ੍ਹਾਂ ਦੀਆਂ ਹੋਰ ਵੀ ਕਾਫੀ ਵੀਡੀਓ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਲੋਕਾਂ ਵੱਲੋਂ ਕਮਰੇ ਮਿਲਣ ਦੇ ਜਾਂ ਫਿਰ ਹੋਰ ਵੀ ਦੋਸ਼ ਲਗਾਉਂਦੇ ਦਿੱਤੇ ਜਾ ਰਹੇ ਨੇ। ਪ੍ਰਬੰਧਕ ਕਮੇਟੀ ਨੂੰ ਕਿਸ ਤਰ੍ਹਾਂ ਦੇ ਸੁਧਾਰ ਕਰਨੇ ਚਾਹੀਦੇ ਨੇ ਜਾਂ ਫਿਰ ਕੀ ਕਹਿਣਾ ਤੁਹਾਡਾ ਇਸ ਮਾਮਲੇ 'ਤੇ, ਜ਼ਰੂਰ ਕਮੈਂਟ ਕਰਨਾ। ਆਓ ਦੇਖੋ ਪੂਰੀ ਵੀਡੀਓ। ਹੋਰ ਖਬਰਾਂ ਦੇ ਲਈ ਬਣੇ ਰਹਿਣਾ ਅਨਲਿਮਿਟਡ ਗਿਆਨ ਦੇ ਨਾਲ। ਹੋਰ ਕੀ ਆ, ਤੁਸੀਂ ਇੰਨੀ ਗੱਲ ਵੀ ਸਾਡੀ ਸੁਣਦੇ? ਸਰਦਾਰ ਸਾਹਿਬ ਅਕਾਲ ਤਖ਼ਤ ਸਾਹਿਬ ਦਾ ਚੈਨਲ ਆ, ਜੇ ਤਖ਼ਤ ਦਾ ਦਫ਼ਤਰ ਹੈ ਤੇ ਅਸੀਂ ਇਸ ਤਰ੍ਹਾਂ ਤਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬੇਨਤੀ ਕਰਦਾ ਹਾਂ ਕਿ ਅਸੀਂ ਕੱਲ੍ਹ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਜਲਾਸ ਹੈ ਅਤੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਸਾਹਿਬ ਨੂੰ ਇੱਥੇ ਪੱਤਰ ਦੇਣ ਵਾਸਤੇ ਆਏ ਸਨ। ਉਹ ਖੁਦ ਇੱਥੇ ਹਾਜ਼ਰ ਨਹੀਂ ਹੈਗੇ, ਜਿਸ ਕਰਕੇ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਮੈਂ ਇਹ ਪੱਤਰ ਜਿਹੜਾ ਇਹ ਉਹਨਾਂ ਦੇ ਦਫ਼ਤਰ ਸਕੱਤਰ ਨੂੰ ਇੱਥੇ ਜਿਹੜਾ ਇਹ ਦੇ ਰਿਹਾ। ਲੇਕਿਨ ਅਫਸੋਸ ਹੈ ਕਿ ਇਹ ਮੇਰੇ ਤੋਂ ਪੱਤਰ ਵੀ ਇੱਥੇ ਜਿਹੜਾ ਇਹ ਲੈਣ ਨੂੰ ਤਿਆਰ ਨਹੀਂ ਆਏ। ਹੁਣ ਅਫਸੋਸ ਹੈ ਕਿ ਜੇਕਰ ਅਸੀਂ ਆਪਣੀ ਕੌਮੀ ਮੁੱਦਿਆਂ ਦੀ ਫਰਿਆਦ ਕਰਨੀ ਆ ਤਾਂ ਉਹ ਕਿਹਦੇ ਕੋਲ ਕਰਨੀ ਆ? ਕਿ ਦਫ਼ਤਰ ਸਕੱਤਰ ਹੋਣ ਦੇ ਨਾਤੇ ਇਹਨਾਂ ਦੀ ਇੱਕ ਜ਼ਿੰਮੇਵਾਰੀ ਹੈ, ਇਹਨਾਂ ਨੇ ਕੋਈ ਕਾਰਵਾਈ ਨਹੀਂ ਕਰਨੀ, ਸਿਰਫ ਮੇਰੇ ਤੋਂ ਇੱਕ ਪੱਤਰ ਹੀ ਲੈਣਾ ਅਤੇ ਉਹ ਪੱਤਰ ਵੀ ਇਹ ਜਿਹੜਾ ਸਾਡੇ ਤੋਂ ਇਹ ਲੈਣ ਵਾਸਤੇ ਤਿਆਰ ਨਹੀਂ ਹੈਗੇ। ਇਹ ਕਹਿੰਦੇ ਨੇ ਵੀ ਇੱਥੇ ਬੋਲਣਾ ਨਹੀਂ। ਜੇ ਇੱਥੇ ਬੋਲਣਾ ਨਹੀਂ ਤਾਂ ਅਸੀਂ ਬੋਲਣਾ ਕਿੱਥੇ ਆ? ਇਹ ਤਾਂ ਸਾਨੂੰ ਦੱਸ ਦੇਣ ਵੀ ਕੀ ਅਸੀਂ ਜਿਹੜਾ ਇਹ ਉੱਥੇ ਹੁਣ ਸਾਰੀਆਂ ਜਿਹੜੀਆਂ ਗੱਲਾਂ ਨੇ ਇੱਥੇ ਜਾ ਕੇ ਨਾਗਪੁਰ ਅਸੀਂ ਜਾ ਕੇ ਬੋਲਣਾ? ਕੀ ਅਸੀਂ ਮੋਦੀ ਕੋਲ ਜਾ ਕੇ ਬੋਲਣਾ? ਇਹ ਇਹ ਜਿਹੜੀ ਗੱਲ ਹੈ, ਇਹ ਆਹ ਹੁਣ ਜਾ ਰਹੇ ਨੇ, ਇਹ ਦਫ਼ਤਰ ਚੋਂ ਜਾ ਰਹੇ ਨੇ, ਪੱਤਰ ਵੀ ਨਹੀਂ ਲੈ। ਤੁਹਾਨੂੰ ਨਾ ਲਓ ਜੀ ਪੱਤਰ, ਕੋਈ ਗੱਲ ਨਹੀਂ। ਬੰਦ ਕਰੋ।